ਜਦੋਂ ਮੈਂ ਸਜਾਇਆ ਪੈਗਾਮ ਆਇਆ ਤੇ ਮੰਨਣ ਵਾਲਿਆਂ ਮੰਨਿਆ ਅਲਫਾਜ਼ ਤੇ ਗੌਰ ਕਰਨ ਲਾਓ ਇਹ ਕੌਣ ਹੈ ਰੱਬ ਦਾ ਕਲੀਮ ਹੈ ਹਜ਼ਰਤ ਮੂਸਾ ਅਲੈਹਿਸ ਸਲਾਮ ਅਮੀਰੇ ਆਪੇਰਾ ਕੌਣ ਮੂਸਾ ਜਿੰਨਾ ਤੇ ਬਾਰੇ ਰੱਬ ਦਾ ਕੁਰਾਨ ਆਇਆ ਮੂਸਾ ਕੱਲਮ ਅੱਲਾਹ ਤਕਲੀਮਾ ਹਜ਼ਰਤ ਮੂਸਾ ਅਲੈਹਿਸ ਸਲਾਮ ਇਸ ਤਰ੍ਹਾਂ ਆਪਣੀ ਕੌਮ ਵੱਲ ਵੇਖਿਆ ਹਰ ਕਿਸੇ ਆਖਿਆ ਰੱਬ ਦਿਆ ਕਲੀਮਾ ਅੱਲਾ ਕੋਲੋਂ ਦੁਆ ਕਰੀਏ ਅੱਲਾ ਰਹਿਮਤ ਦੀ ਬਾਰਿਸ਼ ਨਾਜ਼ਲ ਫਰਮਾ ਦੇ ਹਰ ਕੋਈ ਚਾਹੁੰਦਾ ਇਹਨਾਂ ਕਹਸਾਲੀਆਂ ਦੇ ਅੰਦਰ ਰੱਬ ਤੋਂ ਸਵਾਲ ਕੀਤਾ ਜਾਏ ਹਜ਼ਰਤ ਮੂਸਾ ਅਲੈਹਿਸ ਸਲਾਮ ਅੱਜ ਦੁਆ ਵਾਸਤੇ ਨਿਕਲੇ ਆਖਿਆ ਮੌਲਾ ਮੈਂ ਆਇਆ ਮੇਰੀ ਉਮਤ ਮੇਰੀ ਕੌਮ ਆਈਏ ਅੱਲਾ ਰਹਿਮਤ ਦੀ ਬਾਰਿਸ਼ ਪਾ ਦੇ ਬਾਰਾਂ ਨੇ ਰਹਿਮਤ ਬਰਸਾ ਦੇ ਅਬਰੇ ਰਹਿਮਤ ਬਰਸਾ ਦੇ ਦੁਆਵਾਂ ਵਾਸਤੇ ਨਿਕਲੇ ਨੇ ਅੱਜ ਦੁਆ ਕੀਤੀ ਅਗਲਾ ਦਿਨ ਫਿਰ ਆਇਆ ਆਖਿਆ ਆਓ ਬਣੀ ਇਸਰਾਈਲੀ ਮੇਰੀ ਕੌਮ ਆ ਜਾਏ ਅਮੀਰੇ ਆਪੇਰਾ ਅਗਲੇ ਦਿਨ ਵੀ ਦੁਆ ਵਾਸਤੇ ਰੱਬ ਦਾ ਕਲੀਮ ਤੇ ਕੌਮ ਜਾ ਰਹੀ ਹੈ ਆਖਿਆ ਅੱਲਾ ਆਪਣੀ ਰਹਿਮਤ ਦੀ ਬਾਰਿਸ਼ ਨਾਜ਼ਲ ਫਰਮਾਓ ਬਾਰਾਂ ਨੇ ਰਹਿਮਤ ਬਰਸਾ ਦੇ ਦੁਆਵਾਂ ਕੀਤੀਆਂ ਮੇਰੇ ਰੱਬ ਨੇ ਬਾਰਿਸ਼ ਨਹੀਂ ਨਾਜ਼ਲ ਕੀਤੀ ਅਮੀਰੇ ਆਪੇਰਾ ਜਦੋਂ ਤੀਸਰਾ ਦਿਨ ਹੋਇਆ ਆਖਿਆ ਅੱਲਾ ਮੈਂ ਤੇਰਾ ਬੰਦਾ ਕਲੀਮ ਆ ਅੱਲਾ ਮੇਰੀ ਉਮਤ ਮੇਰੇ ਨਾਲ ਏ ਅੱਲਾ ਮੇਰੀ ਕੌਮ ਮੇਰੇ ਨਾਲ ਏ ਅੱਲਾ ਜੀ ਮੈਂ ਆਇਆ ਮੇਰੇ ਮਾਲਿਕ ਮੇਰੇ ਦਾਤਾ ਮੇਰੇ ਸਾਹਾ ਮੈਂ ਤੇਰੇ ਦਰ ਵੱਲ ਆਇਆ ਮੈਂ ਤੇਰੀ ਚੌਖਟ ਵੱਲ ਆਇਆ ਭਾਈ ਅਬਦਰੋ ਸਾਹਿਬ ਬਾਹਰ ਜਾਣਾ ਜ਼ਰਾ ਬਾਤ ਸੁਣ ਕੇ ਆਣਾ ਆ ਮੇਰੇ ਆਪੀਰਾ ਮੇਰੇ ਬਾਦ ਪੈਗੰਬਰ ਕਾਇਨਾਤ ਦੇ ਇਮਾਮ ਹਬੀਬੇ ਖੁਦਾ ਅਹਿਮਦ ਮੁਜਤਬਾ ਜਨਾਬ ਮੁਹੰਮਦ ਦਰੂਦ ਪੜਨ ਵਾਲਿਓ ਦਰੂਦ ਪੜ ਲਓ ਨਬੀ ਦੀ ਸ਼ਫਾਤ ਨਸੀਬ ਹੋ ਜਾਏਗੀ ਮੁਨਕਰ ਵਾਸਤੇ ਜਹੰਨਮ ਏ ਤੇ ਪੜਨ ਵਾਲੇ ਵਾਸਤੇ ਕੀ ਏ ਜੰਨਤ ਤੇ ਜੰਨਤ ਵੀ ਕਿਹੜੀ ਨਬੀ ਪਾਕ ਦੇ ਬਿਲਕੁਲ ਗਵਾਂਢ ਗਵਾਂਢੀ ਕੰਧ ਸਾਂਝੀ ਅੱਲਾ ਇਹਨਾਂ ਸਾਰਿਆਂ ਨੂੰ ਨਸੀਬ ਫਰਮਾ ਅੱਲਾ ਸਭ ਨੂੰ ਨਸੀਬ ਫਰਮਾ ਦੇ ਦਰੂਦ ਪੜਿਆ ਕਰੋ ਜ਼ਰੂਰ ਪੜਿਆ ਕਰੋ ਅੱਲਾ ਅਮਲ ਦੀ ਤੌਫੀਕ ਦੇ ਦੇ ਤਵੱਜੋ ਅਜ਼ੀਜ਼ਾਨ ਇਮਾਨ ਆ ਮੇਰੇ ਮੁਸਲਮਾਨ ਵੀਰਾਂ ਰੱਬ ਦੇ ਨਬੀ ਜੱਗ ਦੇ ਨਬੀ ਮੇਰੇ ਪਾਕ ਪੈਗੰਬਰ ਅਲੈਹਿਸ ਸਲਾਮ ਮੇਰੇ ਆਕਾ ਦੇ ਕਲਬੇ ਅਤਹਰ ਤੇ ਰੱਬ ਦਾ ਕੁਰਾਨ ਆਇਆ ਫਰਮਾਇਆ ਅੱਲਾ ਤਕਨਤੂ ਮਿਰ ਰਹਿਮਤਿਲਾ ਇਹਦਾ ਮਤਲਬ ਇਹ ਵੀ ਨਹੀਂ ਕਿ ਬੰਦਾ ਅੱਲਾ ਦੀ ਰਹਿਮਤ ਤੋਂ ਨਾ ਉਮੀਦ ਨਾ ਹੋਵੇ ਆਖੇ ਮੈਂ ਗੁਨਾਹ ਕਰ ਲਵਾਂ ਉਹਦੀ ਪਜਾ ਉਹਦੀ ਰਹਿਮਤ ਪਾਓ ਸੇ ਆ ਜਾਓ ਮੈਂ ਜਨਾਬ ਉਹਨੇ ਆਖਿਆ ਮੇਰੀ ਰਹਿਮਤ ਤੋਂ ਨਾ ਉਮੀਦ ਨਾ ਹੋਣਾ ਜੁਆ ਜਾਰੀ ਰੱਖੇ ਉਹਨੇ ਆਖਿਆ ਅੱਲਾ ਤਕਨਤੂ ਮਿਰ ਰਹਿਮਤਿਲਾ ਤੇ ਜਨਾਬ ਸੂਦ ਦਾ ਲੈਣ ਦੇਣ ਵੀ ਜਾਰੀ ਰੱਖੇ ਕਿਉਂਕਿ ਅੱਲਾ ਆਖਿਆ ਮੇਰੀ ਰਹਿਮਤ ਤੋਂ ਨਾ ਉਮੀਦ ਨਾ ਹੋਣਾ ਮੁਸਲਮਾਨੋ ਮੇਰੇ ਪੈਗੰਬਰ ਦੇ ਗੁਲਾਮਾਂ ਦੇ ਗੁਲਾਮਾਂ ਦੇ ਗੁਲਾਮੋ ਜ਼ਰਾ ਇਹਨਾਂ ਲਫ਼ਜ਼ਾਂ ਤੇ ਗੌਰ ਕਰਨਾ ਅੱਲਾ ਦਾ ਆਇਆ ਤੇ ਇੰਜ ਆ ਕਿ ਗੁਨਾਹਾਂ ਦੀਆਂ ਕਸ਼ਤੀਆਂ ਨੂੰ ਚਲਾ ਕੇ ਆ ਜਾਓ ਇਹਨਾਂ ਕਸ਼ਤੀਆਂ ਨੂੰ ਇੰਜ ਦਾ ਖੈਰ ਬਾਤ ਕਹਿ ਕੇ ਆਓ ਇਹ ਗੁਨਾਹਾਂ ਵਾਲੀ ਕਸ਼ਤੀ ਚੋਂ ਨਿਕਲ ਕੇ ਹਮੇਸ਼ਾ ਲਈ ਤੌਬਾ ਕਰ ਲੈ ਅੱਲਾ ਦਾ ਕੁਰਾਨ ਪੜ੍ਹਨਾ ਚਾਹੁੰਦਾ أيها الذين آمنوا توبوا إلى الله توبوا إلى الله توبة نصوحا ਮੇਰੇ ਆਪੇਰਾ ਤੌਬਾ ਇਸ ਤਰ੍ਹਾਂ ਦੀ ਕਰ ਕਿ ਗੁਨਾਹਾਂ ਤੋਂ ਹੱਥ ਚੁੱਕੇ ਆਓ ਹਮੇਸ਼ਾ ਲਈ ਮੁਆਫੀ ਆਓ ਹਮੇਸ਼ਾ ਲਈ ਉਹਦੇ ਦਰ ਤੇ ਆਓ ਤੇ ਗੁਨਾਹਾਂ ਨੂੰ ਛੋੜ ਕੇ ਆ ਜਾਓ ਮੇਰੇ ਆਪੇਰਾ ਰੱਬ ਦਾ ਕਲੀਮ ਆਇਆ ਜਦੋਂ ਤੀਸਰਾ ਦਿਨ ਹੋਇਆ ਮੇਰੇ ਰਹਿਮਾਨ ਨੇ ਆਖਿਆ ਆਖਿਆ ਮੇਰੇ ਕਲੀਮ ਇੱਕ ਬੰਦਾ ਤੇਰੀ ਬਸਮ ਅੰਦਰ ਇੱਕ ਬੰਦਾ ਇਸ ਮਜਲਸ ਦੇ ਅੰਦਰ ਇੱਕ ਬੰਦਾ ਇਹਨਾਂ ਮੰਗਣ ਵਾਲਿਆਂ ਦੇ ਅੰਦਰ ਐਸਾ ਹੈ ਜਿਹਨੇ ਚਾਲੀ
40 سال میریاں بغاوتاں کیتیاں 40 سال میریاں نافرمانیاں کیتیاں انہ 40 برہیاں دے اندر میرے حکم ادول دارے آو نافرمانیاں کر دارے آو میرے اللہ ہن آڈر کیے جواب آیا میرے اکلیم آو انہوں مجلس جو اٹھا دے انہوں کہہ دے کہ نکل جاؤ اس جگہ تو جدا ہو جاؤ یہ نکلے گا میری رحمت دی بارش آ جائے گی انہوں کڈ مجلس چوں نکال انہوں کہہ نکل جائے دور ہو جائے یہ دی وجہ تو رحمت ایک گناہگار کنے اللہ نے کنے کیا سی ایک گناہگار انہوں کڈ ہن ذرا غور کریے اسی سارے مل کے اللہ ساڑے سارے اندے گناہ معاف کر دے شاہا عزیز آن ایمان آ میرے آ مسلمان ویران رب دا لاڈلا رب دا پیارا حضرت موسیٰ علیہ السلام نے نصرہ ماری آو آ میرے اپنی راستہ اچھی جگہ تے کھڑے آ ہو کے اعلان کر دیتا گیا ایک چھوٹا جیا پتھر عام بندے آ تو اچھے آ ہو کے رب دا کلیم اعلان کر دا اعلان ہویا نکل جائے او بندہ او خروج نکل جائے چودا ہو جائے اللہ دا پیغام آیا آ میرے اپنی را انہیں کیا کھے آو انہیں آکھے آ میرے اللہ انہا 40 سالہ دے اندر منو چھدا نہیں ہو کیتا میں کھناوہ والی کستی دے اندر بیٹھا رہے آؤ اج بھی میں اسے کستی دے اندر بیٹھ کے کہنا مولا سچے وے کہ ماں دی محبت ترازو دے ایک پلڑے اندر ماں دی محبت نالو 70 گناہ زیادہ اپنے بندے نال پیار کردہ تے کون کردہ کون کردہ اللہ رحمان کردہ اللہ دتیا رحمان تھی رو ڈردہ مت وقت آ جائے منگ کھان والا اللہ سانو سارے انو اپنیا رحمتہ نال مالا مال فرما رب دا بندہ ان کی اندہ اندہ اللہ 40 سالہ وچ منو ظاہر نہیں ہو کیتا میرے پردے چاک نہیں ہو کیتے لوگانو میرا نہیں ہو دسیا اج 40 برے گزر گئے لوگ میرے اولاد بچیانو بھی چھبیاں دینگے اے فلانے دا پتر جے اے جے او دا پتر جنہوں جدی وجہ تو بارش نہیں سی ہو رہی رحمت نہیں سی آ رہی مولا جی میں اگے کجن کجے نہیں آج بھی میرا کجن کج دے کدے نال